ਹਾਂਜੀ ਦੋਸਤੋ, ਸਾਡਾ ਪੰਜਵਾਂ ਵਲੋਗ ਹੈ ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਡਲਹੌਜ਼ੀ, ਅਤੇ ਸਾਰੇ ਦਾ ਵੋਕਲ ਆਰਟਸ ਜਿਹੜੀ ਸਾਡੀ ਟੀਮ ਹੈ, ਜਿਹੜੇ ਸਾਡੇ ਸਟੂਡੈਂਟਸ ਨੇ, ਸਾਰੇ ਜਾ ਰਹੇ ਨੇ। ਸਾਡੇ ਅੱਜ ਡਰਾਈਵਰ ਨੇ ਸੁਖਮਨ ਭਾ, ਜਿਹੜੀ ਸਟੂਡੈਂਟ ਹੈ ਦਾ ਵੋਕਲ ਆਰਟਸ ਦਾ, ਅਤੇ ਅਸੀਂ ਜਾ ਰਹੇ ਹਾਂ। ਗੱਡੀ ਖੜ੍ਹੀ ਹੈ, ਹੁਣ ਸਮਾਨ ਅਸੀਂ ਰੱਖਣ ਲੱਗੇ ਹਾਂ, ਅਤੇ ਬਾਕੀ ਸਾਰੇ ਜਣਿਆਂ ਨੂੰ ਅਸੀਂ ਰਸਤੇ 'ਚੋਂ ਚੱਕਣਾ ਹੈ, ਉਹ ਚੱਕਦੇ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਚੱਕੀ ਦਾ। ਲਓ ਜੀ, ਅਸੀਂ ਪੈਟਰੋਲ ਪਵਾ ਲਿਆ ਏ, ਤੇ ਹੁਣ ਅਸੀਂ ਸਾਡੇ ਪ੍ਰਦੀਪ ਭਾਜੀ ਆ ਗਏ ਨੇ। ਚੁੱਪ ਕਰ ਜਾ ਜੇ, ਅੰਕਿਤ ਨੂੰ ਆ ਲੈਂਦੇ, ਅੰਕਿਤ ਜੀ ਵੀ ਆ ਗਏ ਨੇ ਨਾਲ, ਧਵਾਣਾ ਲੈ ਕੇ ਆਇਆ ਚੁੱਪ ਕਰਕੇ ਫਿਰ ਇੱਥੇ ਬਹੁਤ ਵਧੀਆ ਲੱਗਣ ਦੇ। ਰਾਂਝੇ ਦੀ ਬੀਟ ਸੁੱਚਾ ਬੰਦੇ ਨੇ ਸਾਰੇ ਗਾਣੇ ਇਦਾਂ ਦੇ ਰੱਖੇ ਨੇ। ਬੰਦ ਕਰ ਕਿੰਨਾ ਵਧੀਆ ਰਾਈਜ਼ਿੰਗ ਹੋ ਰਿਹਾ, ਤੇ ਆਪਾਂ ਹੁਣ ਹਾਈਵੇ ਤੇ ਪਹੁੰਚ ਗਏ ਹੋਏ ਆ, ਤੇ ਸਪੀਡ ਮੈਨੂੰ ਪਤਾ ਨਹੀਂ। ਸੋ ਬਹੁਤ ਵਧੀਆ ਵੀ ਭਾਈ ਕਹਿੰਦੇ ਸਪੈਸ਼ਲ ਕਿਹਾ ਵਿਊ ਲੈਣਾ ਆਪਾਂ, ਸੋ ਆਪਾਂ ਸਪੈਸ਼ਲ ਫੋਨ ਆਨ ਕਰਕੇ ਲੋਕ ਖੋਲ ਕੇ ਵਿਊ ਲਿਆ ਗਏ। ਜੀ ਇਸ ਵੇਲੇ ਵਿੱਚ ਅਸੀਂ ਪਹੁੰਚੇ ਹਾਂ ਜੀ ਪਠਾਨਕੋਟ ਦੇ ਅੰਦਰ ਹੀ, ਮੁਕਤੇਸ਼ਵਰ ਧਾਮ, ਮੁਕਤੇਸਰਾਂ ਕਹਿੰਦੇ ਨੇ ਜੀ ਇਹਨੂੰ, ਮੁਕਤੇਸ਼ਵਰ ਧਾਮ। ਸੋ ਅਸੀਂ ਉੱਥੇ ਪਹੁੰਚਣ ਜਾ ਰਹੇ ਹਾਂ ਥੋੜ੍ਹੀ ਚਿਰ ਬਾਅਦ, ਅਤੇ ਤੁਹਾਨੂੰ ਵੀ ਦਿਖਾਵਾਂਗੇ ਕਿਹੜੀ ਜਗ੍ਹਾ ਹੈ, ਬੜੀ ਇਤਿਹਾਸਿਕ ਜਗ੍ਹਾ ਹੈ। ਕਹਿੰਦੇ ਨੇ ਕਿ ਪਾਂਡਵ ਜਿਹੜੇ ਸੀਗੇ ਉਹ ਇੱਥੇ ਠਹਿਰੇ ਸੀ, ਉਹਨਾਂ ਦੀਆਂ ਗੁਫਾਵਾਂ ਵੀ ਨੇ, ਉਹ ਵੀ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ। ਸੋ ਪਿੱਛੇ ਤੁਸੀਂ ਟੋਪ ਸਿੰਘ ਨੇ ਉੱਥੇ ਦੇਖ ਹੀ ਰਹੇ, ਕਹਿੰਦਾ ਪਾਂਡਵ ਕੌਣ ਸੀ, ਕੌਣ ਕਹਿੰਦਾ ਜੇਬੀ ਦੱਸਦੇ ਉੱਥੇ ਜਾ ਕੇ। ਮੰਮਾ ਜੀ ਅਸੀਂ ਮੁਕਤੇਸ਼ਵਰ ਧਾਮ ਤੀਸਰਾ, ਸੋ ਇੱਧਰ ਦੇਖੋ ਜੀ, ਚਲੋ ਥੱਲੇ ਜੇ, ਬੜੇ ਥੱਲੇ ਜਾਣਾ ਆਪਾਂ। ਵੀਡੀਓ ਬਣਦੀ ਪਈ, ਯੈਸ ਗੇਮ ਪੈ ਗਈ। ਟੋਪ ਸਿੰਘ
ਜਿਹਦੇ ਕਿਹੜੇ ਜਾਣਾ ਫੜ ਕੇ ਜਾਊ ਆ ਪਹੁੰਚ ਗਿਆ ਜੀ ਮੁਕਤੇਸ਼ਵਰ ਥਾਂ ਮੁਕਤੇਸ਼ਵਰ ਧਾਮ ਬਹੁਤ ਠੰਡਾ ਪਾਣੀ ਹੈ ਜੀ, ਬਹੁਤ ਠੰਡਾ ਪਾਣੀ ਹੈ। ਹਾਂਜੀ ਹਾਂਜੀ ਜਾਂਦੇ ਹਾਂ, ਉਹ ਇੱਕਦਮ ਚੜ ਜਾਂਦਾ ਨਾ ਪਾਣੀ ਹੈ ਨਾ। ਓ ਮਾਈ ਗੋਡ ਜੀ, ਉਹ ਤੇਰੀ ਨੂੰ ਚੜ ਗਿਆ ਜੀ, ਬਹੁਤ ਜ਼ਿਆਦਾ ਠੰਡਾ ਪਾਣੀ। ਸਾਰੀ ਗੰਦੀ ਲੱਗੀ ਭਾਈ, ਸਾਰੀ ਗੰਦੀ। ਆਪ ਵਾਪਸ ਗਾਇਜ਼ ਟੋਪ ਸਿੰਘ ਇੱਥੇ ਨੇ ਅਤੇ ਅੱਜ ਭਾਜੀ ਹੁਣੀ ਨਹਾ ਰਹੇ ਨੇ, ਬਹੁਤ ਠੰਡਾ ਪਾਣੀ ਹੈਗਾ ਆ, ਬਹੁਤ ਵਧੀਆ। ਅਤੇ ਅੱਜ ਗਗਨ ਭਾਜੀ ਪਤਾ ਨਹੀਂ ਕਿੱਥੇ ਹੈਗੇ ਆ। ਮੰਦਰ ਜਿੱਥੇ ਪਾਂਡਵ ਰਿਹਾ ਕਰਦੇ ਸੀ, ਹੈਲੋ
बंद हो गया है जी इधर इतने बहुत वड्डा जाम लगा होया सी जी हुणे हुणे जाम खुला है सो इतने 3 दिन हो गए ने जी दुनेरे इस टाइम असीं खड़े हाँ दुनेरे ਤੇ ਇੱਥੇ 3 ਦਿਨ ਹੋ ਗਏ ਸੀਗੇ ਕਿ ਬਿਜਲੀ ਤੇ ਪਾਣੀ ਨਹੀਂ ਸੀ ਆ ਰਿਹਾ ਸੋ ਇਸ ਲਈ ਉਹਨਾਂ ਨੇ ਜਾਮ ਲਗਾਇਆ ਸੀ ਅੱਜ ਟੌਪ ਸਿੰਘ ਜੀ ਪਹੁੰਚੇ ਨੇ ਤੇ ਇਹਨਾਂ ਦਾ ਹੱਲ ਕਰਾਇਆ ਤੇ ਆਪਾਂ ਹੁਣ ਪਾਣੀ ਤੇ ਸਾਰਾ ਕੁਝ ਆ ਗਿਆ ਤੇ ਅਗਲੀ ਵਾਰੀ ਹੁਣ ਕਹਿੰਦੇ ਅਗਲੀ ਵਾਰੀ ਸਰ ਤੁਹਾਨੂੰ ਵੋਟਾਂ ਪਾਉਣੀਆਂ ਹੈਗੀਆਂ ਮੈਂ ਕੋਈ ਗੱਲ ਨਹੀਂ ਬਸ 5 ਨਾ ਪਾਇਆ 5 ਵੋਟਾਂ ਮੈਨੂੰ 5 ਵੋਟਾਂ ਪਈਆਂ ਪਰ ਸਰ ਇਸ ਵੇਲੇ ਜੀ ਅਸੀਂ ਗਾਂਧੀ ਚੌਂਕ ਡਲਹੌਜ਼ੀ ਅਤੇ ਟ੍ਰੈਫਿਕ ਜਾਮ ਹੋਇਆ ਪਿਆ ਹੈ ਹੌਲੀ ਹੌਲੀ ਸਾਡੀ ਗੱਡੀ ਜਾ ਰਹੀ ਹੈ ਉੱਠੇ ਹੋਏ ਗੱਡੀ ਰੁਕੀ ਗੱਡੀ ਰੁਕੀ ਹੌਲੀ ਹੌਲੀ ਜਾ ਰਹੇ ਨੇ ਪਿੱਛੇ ਪ੍ਰਦੀਪ ਭਾਈ ਸੌਂਗੇ ਹੋਏ ਨੇ ਡੇਢ ਨੂੰ ਬੁਲਾ ਵੀ ਗਾਂਧੀ ਚੌਂਕ ਡਲਹੌਜ਼ੀ ਕੀ ਕਰਨਾ ਸੋ ਇਸ ਵੇਲੇ ਹੈਗੇ ਜੀ ਅਸੀਂ ਡਲਹੌਜ਼ੀ 'ਚ ਸੁਭਾਸ਼ ਚੌਂਕ 'ਚ ਅਤੇ ਇੱਥੇ ਅਸੀਂ ਰੂਮ ਲਿਆਏ ਰੂਮ ਬੜੀ ਮੁਸ਼ਕਿਲ ਨਾਲ ਮਿਲਿਆ ਕਿਉਂਕਿ ਬਹੁਤ ਜ਼ਿਆਦਾ ਰਸ਼ ਹੈ ਇੱਥੇ ਡਲਹੌਜ਼ੀ ਦੇ ਵਿੱਚ ਅਤੇ ਕੋਈ ਰੂਮ ਨਹੀਂ ਸੀ ਮਿਲ ਰਿਹਾ ਬਹੁਤ ਘੁੰਮੇ ਅਸੀਂ ਸਾਨੂੰ ਔਨਲਾਈਨ ਵੀ ਕੋਈ ਨਹੀਂ ਸੀ ਮਿਲ ਰਿਹਾ ਇਸ ਲਈ ਅਸੀਂ ਸੋਚਿਆ ਕਿ ਇੱਥੇ ਆ ਕੇ ਬੁੱਕ ਕਰਦੇ ਹਾਂ ਪਰ ਇੱਥੇ ਆ ਕੇ ਵੀ ਬਹੁਤ ਜ਼ਿਆਦਾ ਇਸ ਵੇਲੇ ਰਸ਼ ਹੈ ਅਤੇ ਜੂਨ ਜੁਲਾਈ ਦੇ ਵਿੱਚ ਜੇ ਵੀ ਤੁਸੀਂ ਆਓ ਇੱਥੇ ਇਸ ਜਗ੍ਹਾ ਦੇ ਉੱਤੇ ਡਲਹੌਜ਼ੀ ਤਾਂ ਪਹਿਲਾਂ ਬੁੱਕ ਕਰਕੇ ਆਇਓ 1-2 ਮਹੀਨਾ ਪਹਿਲਾਂ ਬੁੱਕ ਕਰ ਲਿਓ ਤਾਂ ਕਿ ਤੁਹਾਨੂੰ ਇੱਥੇ ਪਰੇਸ਼ਾਨੀ ਨਾ ਹੋਵੇ ਸੋ ਫਿਲਹਾਲ ਅਸੀਂ ਨੇਚਰ ਦਾ ਆਨੰਦ ਮਾਣ ਰਹੇ ਹਾਂ ਬੱਦਲ ਹੋਏ ਹੋਏਗੀ ਹੋਏ
ਪ੍ਰਤਾਪ ਸਿੰਘ ਜੀ ਦੱਸੋ ਕੋਈ ਮੌਸਮ ਬਾਰੇ ਭਾਬੀ ਬਣ ਗਏ ਨੇ ਤੇ ਇਹਨਾਂ ਨੂੰ ਸਜ਼ਾ ਮਿਲੀ ਹੈ ਗਿਣਤੀ ਜੀ ਕਰੋ ਬਈ ਨਾਲ ਇੱਕ ਦੋ ਸੋ ਅਸੀਂ ਇਸ ਵੇਲੇ ਜਾ ਰਹੇ ਹਾਂ ਜੀ ਘੱਲੂ ਘਰ ਨਹੀਂ ਇਸ ਵੇਲੇ ਜਾ ਰਹੇ ਹਾਂ ਜੀ ਗਾਂਧੀ ਚੌਂਕ ਅਤੇ ਟੋਪ ਸਿੰਘ ਨੇ ਹੁਣੇ ਹੁਣੇ ਕਿਸੇ ਦੀ ਗੱਡੀ ਟਾਇਰ ਫਸਿਆ ਸੀ ਟਾਇਰ ਫਸਿਆ ਸੀ ਤਾਂ ਟੋਪ ਸਿੰਘ ਜੀ ਨੇ ਨਾਲ ਭਾਈ ਨੇ ਥੋੜ੍ਹੀ ਹੈਲਪ ਕੀਤੀ ਹੈ ਮਾੜੀ ਜਿਹੀ ਜ਼ਿਆਦਾ ਹਲਕੀ ਹੈ ਨੇ ਸਾਰੇ ਸਾਈਡ ਤੇ ਕਟਾਈ ਚਰ ਮੈਂ ਵਿੱਚ ਘਰੋਂ ਮੈਂ ਉਹ ਭਰਾ ਤੁਸੀਂ ਲੈ ਲਓ ਜਿਹੜਾ ਵਰਡ ਕੱਪ ਲੈਣਾ ਤੁਸੀਂ ਲੈ ਲਓ ਪਰ ਨਾਂ ਤੇ ਮੇਰਾ ਵੱਜਣਾ ਕਿ ਟੋਪ ਸਿੰਘ ਨੇ ਸੋਇਆ ਜੀ ਗਰਮ ਸੜਕ ਡਲਹੌਜ਼ੀ ਦੀ ਇਹ ਰਸਤਾ ਹੈ ਜੀ ਵਿੱਚੋਂ ਦੀ ਜਾਂਦਾ ਇਹ ਆਪਣੇ ਸੁਭਾਸ਼ ਚੌਂਕ ਤੋਂ ਗਾਂਧੀ ਚੌਂਕ ਟੋਪ ਸਿੰਘ ਜੀ ਕਿੱਦਾਂ ਫੀਲ ਹੋ ਰਿਹਾ ਇੱਥੇ ਆ ਕੇ ਸੋ ਗਾਇਜ਼ ਐਵਰੀਵਨ ਇਜ਼ ਹੈਵਿੰਗ ਫਨ ਸੋ ਯੂ ਨੋ ਮੇਰਾ ਨੱਕ ਵਗ ਰਿਹਾ ਹੈ ਆਈ ਐਮ ਗੋਇੰਗ ਟੂ ਕੈਚ ਅ ਫਿਊ ਸੂਨ ਆਈ ਵਿਲ ਬੀ ਹੈਵਿੰਗ ਅ ਸ਼ੱਲੀ ਯੂ ਨੋ ਐਂਡ ਪਾਜੀ ਇਜ਼ ਗੋਇੰਗ ਟੂ ਟੈਲ ਅਸ ਪਾਜੀ ਆਇਆ ਫਿਰ ਆਇਆ ਬਹੁਤ ਇੰਜੋਏ ਕਰ ਰਹੇ ਭਾਈ ਕਿ ਆਪਾਂ ਸਾਰੇ ਜਾਂਦੇ ਨੇ ਭਾਬੀ ਖੇਡੀ ਤੁਸੀਂ ਦੇਖ ਲੈਣਾ ਭਾਬੀ ਬਣਿਆ ਦੋ ਭਾਬੀ ਬਣਿਆ ਦੋ ਬੈਠ ਗਏ ਸੋ ਇਸ ਵੇਲੇ ਹਾਂ ਜੀ ਅਸੀਂ ਗਾਂਧੀ ਚੌਂਕ ਦੁਬਾਰਾ ਆਏ ਹਾਂ ਆਹ ਗਾਂਧੀ ਸਾਹਿਬ ਖੜ੍ਹੇ ਨੇ ਕਿਹੜੇ ਬਾਜ਼ਾਰ ਬਹੁਤ ਟਾਈਟ ਹੈ ਜੀ ਮਾਰਕੀਟ ਹਾਂ
ਰਣ ਭਾਈ ਓਏ ਜੇਪੀ ਸੌਫਟੀ ਪ੍ਰਦੀਪ ਭਾਈ ਨੂੰ ਕੀ ਹੋ ਗਿਆ ਯਾਰ ਓਏ ਸਾਲਾ ਕਵਾੜਾ ਨਹੀਂ ਓਏ ਆ ਪੁੱਤਰ ਕੱਲਾ ਕੱਲਾ ਪੱਤਾ ਚਾਹੀਦਾ ਜੀ